ਸਤਿ ਸ਼੍ਰੀ ਅਕਾਲ ਜੀ, ਵੀਨਾ ਗੋਇਲ, ਨੈਵੀਗੇਟਰ ਓਵਰਸੀ ਚੰਡੀਗੜ੍ਹ ਤੋਂ। ਹਰ ਟਾਈਮ ਇਹ ਹੁੰਦਾ ਕਿ ਕਿਹੜੀ ਕੰਟਰੀ ਦਾ ਵੀਜ਼ਾ ਲੱਗ ਰਿਹਾ, ਕਿਸ ਦਾ ਨਹੀਂ ਲੱਗ ਰਿਹਾ। ਨਿਊਜ਼ੀਲੈਂਡ ਬਹੁਤ ਟਾਈਮ ਤੋਂ ਬੰਦ ਸੀਗਾ। ਇੱਕ ਇਹ ਖੁਸ਼ਖਬਰੀ ਹੈ ਕਿ ਨਿਊਜ਼ੀਲੈਂਡ ਨੇ ਵੀ ਆਪਣੇ ਦਰਵਾਜ਼ੇ ਖੋਲ੍ਹਤੇ ਆ ਕਾਫੀ ਟਾਈਮ ਬਾਅਦ, ਔਰ ਵੀਜ਼ਾ ਸਕਸੈਸ ਰੇਟ ਬਹੁਤ ਅੱਛਾ ਚੱਲ ਰਿਹਾ। ਨਿਊਜ਼ੀਲੈਂਡ ਦੇ ਵਿੱਚ ਜਿਹੜਾ ਤੁਸੀਂ ਹੈ ਆਇਲਸ 5.5 ਨਾਲ ਅਪਲਾਈ ਕਰ ਸਕਦੇ ਹੋ। ਪਲੱਸ ਟੂ ਜੇ ਕੀਤੀ ਹੋਈ ਤੁਸੀਂ ਈਵਨ 50% ਨਾਲ ਅਪਲਾਈ ਕਰ ਸਕਦੇ ਹੋ। ਜੇ ਪਲੱਸ ਟੂ ਤੁਸੀਂ 2019 'ਚ ਕੀਤੀ ਹੈ ਜਾਂ ਗ੍ਰੈਜੂਏਸ਼ਨ ਦੇ ਬਾਅਦ, ਕਿੰਨਾ ਮਰਜ਼ੀ ਗੈਪ ਹੋਏ, ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ। ਨਿਊਜ਼ੀਲੈਂਡ ਦੇ ਵਿੱਚ ਜਿਹੜੇ ਫੰਡ ਹੈ ਉਹ 6 ਮਹੀਨੇ ਪੁਰਾਣੇ ਹੋਣੇ ਚਾਹੀਦੇ ਆ। 20 ਤੋਂ 21 ਲੱਖ ਰੁਪਇਆ ਬਹੁਤ ਹੈ। ਜਿਸ ਦਿਨ ਤੁਸੀਂ ਇਨਕੁਆਇਰੀ ਕਰਨ ਵਾਸਤੇ ਆਉਂਦੇ ਹੋ ਤੁਸੀਂ ਇਹ ਦੇਖ ਲਓ ਕਿ ਤੁਹਾਡੇ ਬੈਂਕ ਦੇ ਵਿੱਚ ਬੈਲੈਂਸ ਹੈ, ਨਹੀਂ ਤਾਂ ਮੇਨਟੇਨ ਕਰਨਾ ਸ਼ੁਰੂ ਕਰ ਲਓ ਜਦ ਤੱਕ ਆਫਰ ਲੈਟਰ ਆਉਂਦੀ ਹੈ, ਕਿਉਂਕਿ ਤੁਸੀਂ ਆਇਲਸ ਵੀ ਕਰਨੀ ਹੋਏਗੀ, ਆਫਰ ਲੈਟਰ ਵੀ ਆਉਣਾ ਹੁੰਦਾ, ਅਤੇ ਇਹ ਸਾਰਾ ਟਾਈਮ ਨਿਕਲ ਜਾਂਦਾ ਇਸੇ ਚੀਜ਼ 'ਚ। ਔਰ ਜੇ ਤੁਸੀਂ ਮੈਰਿਡ ਹੋ, ਬੱਚਾ ਹੈ, ਤਾਂ ਤੁਸੀਂ ਪੀ ਜੀ ਕੋਰਸ ਦੇ ਵਿੱਚ ਜਾ ਸਕਦੇ ਹੋ। ਪੀ ਜੀ ਕੋਰਸ ਦੀ ਰਿਕੁਆਇਰਮੈਂਟ 6 ਬੈਂਡ ਜਾਂ 6.5, ਡਿਪੈਂਡ ਔਨ ਪੋਸਟ ਗ੍ਰੈਜੂਏਟ ਡਿਪਲੋਮਾ ਜਾਂ ਪੋਸਟ ਗ੍ਰੈਜੂਏਟ ਡਿਗਰੀ ਵਿੱਚ ਜਾ ਰਹੇ ਹੋ। ਕਿਸੇ ਵੀ ਡਿਗਰੀ ਵਿੱਚ ਜਾ ਰਹੇ ਹੋ ਤਾਂ ਪੋਸਟ ਸਟੱਡੀ ਵਰਕ ਪਰਮਿਟ, ਮੰਨ ਲਓ 3 ਸਾਲ ਦੀ ਡਿਗਰੀ ਹੈ ਤਾਂ 3 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਹੈ, ਔਰ 2 ਸਾਲ ਦੀ ਡਿਗਰੀ ਹੈ ਤਾਂ 2 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਹੈ। ਇਹ ਮੇਰੇ ਖਿਆਲ ਕਾਫੀ ਅੱਛਾ ਹੈ ਨਿਊਜ਼ੀਲੈਂਡ ਦਾ, ਕਿਉਂਕਿ ਗੈਪ ਦੇ ਨਾਲ ਇਹਨਾਂ ਨੂੰ ਪ੍ਰੋਬਲਮ ਨਹੀਂ। ਜਦ ਤੁਸੀਂ ਓਨੈਸਟਲੀ ਦੱਸ ਰਹੇ ਹੋ ਕਿ ਮੇਰਾ ਕੋਈ ਕੈਨੇਡਾ ਦਾ ਰਿਜੈਕਸ਼ਨ ਸੀਗਾ, ਆਸਟ੍ਰੇਲੀਆ ਦਾ ਰਿਜੈਕਸ਼ਨ ਸੀਗਾ ਜਾਂ ਕਿਸੇ ਵੀ ਕੰਟਰੀ ਦਾ ਸੀਗਾ, ਅਤੇ ਹੁਣੇ ਤੁਸੀਂ ਨਿਊਜ਼ੀਲੈਂਡ ਵਾਸਤੇ ਅਪਲਾਈ ਕਰੋ, 5.5 ਬੈਂਡ ਹੋਣ, 6 ਬੈਂਡ ਹੋਣ, ਤੁਸੀਂ ਕਿਸੇ ਵੀ ਉਹਦੇ ਵਿੱਚ ਅਪਲਾਈ ਕਰ ਸਕਦੇ ਹੋ। ਥੈਂਕ ਯੂ ਸੋ ਮਚ।